ਮੌਜੂਦਾ ਜਿਹੜਾ ਪਾਰਸ਼ਦ ਰਹਿ ਚੁੱਕਿਆ ਉਸਨੇ ਕਿਆ ਕਿਆ ਕਾਰਜ ਕਰਾਏ ਇੱਥੇ? ਕੁਛ ਨਹੀਂ ਕਰਿਆ ਜੀ, ਉਹਨਾਂ ਤਾਂ ਉਹਦਾ ਲੋਕਾਂ ਦੇ ਫਾਰਮਾਂ ਤੱਕ ਮੋਹਰਾਂ ਨਹੀਂ ਲਾਈਆਂ, ਕਿਸੇ ਨੂੰ ਮਿਲਦਾ ਨਹੀਂ, ਬੁਲਾਏ 'ਤੇ ਆਉਂਦਾ ਨਹੀਂ, ਬੋਲਣੇ ਕਾ ਉਸਕਾ ਨਜ਼ਰ ਹੈ ਹਿਸਾਬ ਕਿਤਾਬ, ਉਹ ਵੀ ਗਲਤ ਹੈ। ਹੁਣ ਉਹ ਮੇਰੇ ਪਰ ਇਸੀ ਕਰਕੇ ਵਿਸ਼ਵਾਸ ਜਾ ਰਹੇ, ਮੈਂ ਲੋਕਲ ਐਵਰੇਗਾ ਜ਼ਿਮੀਦਾਰ ਬੰਦਾ ਜੀ, ਮੈਂ ਉਹ ਰਹਿ ਰਿਹਾ ਲੋਕਾਂ ਦੇ ਵਿੱਚ ਰਹਿ ਰਿਹਾ, ਆਮ ਭਾਈਚਾਰਾ ਸਾਡਾ। ਬੜੀ ਗੱਲ ਤਾਂ ਵੀਰ ਜੀ, ਬੀਜੇਪੀ ਨੇ ਕਰਿਆ ਕੁਛ ਨਹੀਂ, ਲੋਕ ਉਹਨਾਂ ਪਰ ਵਿਸ਼ਵਾਸ ਕਰਨਾ ਹੀ ਛੱਡ ਗਏ, ਉਹਨਾਂ ਨੇ ਲਾਰੇ ਹੀ ਲਾਏ ਆ, ਹੁਣ ਤੱਕ ਹੋਰ ਕੁਛ ਨਹੀਂ ਕਰਿਆ। ਖੁਸ਼ੀ ਦਾ ਮਾਹੌਲ ਹੈ ਵੀ ਕਾਂਗਰਸ ਨੇ ਇੱਕ ਬਹੁਤ ਵਧੀਆ ਬੰਦੇ ਨੂੰ ਟਿਕਟ ਦਈ ਹੈ। ਮੈਂ ਲੋਕਾਂ ਦੇ ਵਿੱਚ 20-25 ਸਾਲ ਹੋ ਗਏ, ਮੈਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ, ਸਭ ਨੂੰ ਪਤਾ ਵੀ ਠੀਕ ਹੈ। ਬਾਕੀ ਬੀਜੇਪੀ ਨੇ 15 ਸਾਲਾਂ ਮੈਂ ਕੁਛ ਨਹੀਂ ਕਰਿਆ। नमस्कार, अर्थ प्रकाश में आपका स्वागत है। मैं हूं साजन शर्मा। आज हम पहुंचे हैं जानिए अपना उम्मीदवार प्रोग्राम के तहत वार्ड नंबर 20 में, जहां से कांग्रेस के गुरचरणजीत सिंह काला जो है अपनी किस्मत अजमा रहे हैं। उनसे जानते हैं कि किस तरह से वो अपने प्रचार को आगे बढ़ा रहे हैं और क्या क्या यहाँ हल्लो माजरा की समस्याएं हैं। जो पुराने यहाँ पे काउंसलर थे उन्होंने किस तरह का यहाँ पे काम किया है, आइए उन्हीं से बात करते हैं। सर, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। 20 ਨੰਬਰ ਦੇ ਵਾਰਡ ਵਾਸੀਆਂ ਨੂੰ, ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਰਾਮ ਰਾਮ, ਨਮਸਤੇ। ਬਾਕੀ ਮੈਂ ਲੋਕਾਂ ਦੇ ਵਿੱਚ ਜਾ ਰਿਹਾ, ਲੋਕਾਂ ਦਾ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ ਵੀ ਕਾਂਗਰਸ ਨੇ ਇੱਕ ਬਹੁਤ ਵਧੀਆ ਬੰਦੇ ਨੂੰ ਟਿਕਟ ਦਈ ਹੈ। ਮੈਂ ਲੋਕਾਂ ਦੇ ਵਿੱਚ 20-25 ਸਾਲ ਹੋ ਗਏ, ਮੈਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ, ਸਭ ਨੂੰ ਪਤਾ ਵੀ ਠੀਕ ਹੈ। ਬਾਕੀ ਬੀਜੇਪੀ ਨੇ 15 ਸਾਲਾਂ ਮੈਂ ਕੁਛ ਨਹੀਂ ਕਰਿਆ, ਸੀਵਰੇਜ, ਡਰੇਨ ਵਾਟਰ, ਪਾਣੀ, ਬੁਰੀ ਹਾਲਤ ਹੈ ਸਾਰੀ। ਸਕੂਲ ਸਾਡਾ ਟਿੰਨਾ ਗਾ, ਸਾਡੇ ਬੱਚੇ ਤਿੰਨ ਵਾਲੇ ਸਕੂਲ ਦੇ ਵਿੱਚ ਪੜ੍ਹ ਰਹੇ ਹਨ, ਨਾ ਕੋਈ ਬੱਚਿਆਂ ਨੂੰ ਖੇਡਣੇ ਵਾਸਤੇ ਗਰਾਊਂਡ ਹੈ, ਕਮਿਊਨਿਟੀ ਸੈਂਟਰ ਹੈ, ਉੱਥੇ ਜਾਣੇ ਵਾਸਤੇ ਵੀ ਬੜਾ ਮਤਲਬ ਰਸਤਾ ਜਿਹੜਾ ਇੱਕ ਬਹੁਤ ਗੰਦਗੀ ਭਰਿਆ ਰਸਤਾ ਹੈ, ਬਹੁਤ ਬੁਰਾ ਹਾਲ ਹੈ। ਬੀਜੇਪੀ ਨੇ ਕੁਛ ਨਹੀਂ ਕਰਿਆ, ਇਸ ਕਾ ਮੈਨੂੰ ਪੂਰਾ ਲਾਭ ਮਿਲ ਰਿਹਾ। ਮੈਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਵੀ ਮੈਂ ਸਾਰਾ ਗੰਦ ਕੱਢੂੰਗਾ ਜਿੰਨਾ। ਵਾਰਡਬੰਦੀ ਜਿਹੜੀ ਹੋਈ ਹੈ, ਵਾਰਡਬੰਦੀ ਹੋਣ ਤੋਂ ਬਾਅਦ ਹੁਣ ਕਿਵੇਂ ਬਦਲਿਆ ਇੱਥੇ ਦਾ ਸਾਰਾ ਹਿਸਾਬ ਕਿਤਾਬ? ਵਾਰਡਬੰਦੀ ਬਹੁਤ ਵਧੀਆ ਹੋਈ ਹੈ ਜੀ, ਸਾਡਾ ਬਹੁਤ ਵਧੀਆ ਵਾਰਡ ਬਣ ਗਿਆ, ਬਹਿਲਾਣਾ, ਹੱਲੋ ਮਾਜਰਾ, ਦੀਪ ਕੰਪਲੈਕਸ, ਬਹੁਤ ਵਧੀਆ ਵਾਰਡ ਬਣ ਗਿਆ ਸਰ। ਅਤੇ ਕੁੱਲ ਕਿੰਨੀ ਵੋਟਾਂ ਹੈਗੀਆਂ ਸਰ ਇੱਥੇ? ਵੋਟਾਂ ਹੈਗੀਆਂ ਜੀ ਕੋਈ 15,000 ਕੇ ਕਰੀਬ, ਬਾਕੀ ਲਿਸਟ ਅੱਜ ਆ ਜੂਗੀ ਲੇਟੈਸਟ, ਉਸ 'ਤੇ ਪਤਾ ਲੱਗ ਜੂਗਾ, ਸ਼ਾਇਦ ਥੋੜ੍ਹੀ ਜਿਹੀ 1,000 ਕੁ ਵੋਟ ਹੋਰ ਭਾਜੀ। ਅਤੇ ਤੁਸੀਂ ਚੁਣਾਵ ਪ੍ਰਚਾਰ ਦੇ ਵਿੱਚ ਕਿਵੇਂ ਲੋਕਾਂ ਤੱਕ ਪਹੁੰਚ ਰਹੇ ਹੋ ਅਤੇ ਕੀ ਵਾਅਦੇ ਕਰ ਰਹੇ ਹੋ ਵੀ ਕੀ ਅਸੀਂ ਕਰਾਵਾਂਗੇ? ਵੀਰ ਜੀ, ਵਾਅਦੇ ਵਾਲੀ ਗੱਲ ਨਹੀਂ, ਅਸੀਂ ਤਾਂ ਗਰੰਟੀ ਦੇ ਰਹੇ ਹਾਂ ਵੀ ਜੋ ਵੀ ਉਰਾ ਹੋਣੇ ਨੂੰ ਤਾਂ ਸਾਰਾ ਕੁਛ ਹੋਣਾ ਉਰਾ, ਕੁਛ ਨਹੀਂ ਹੋਇਆ ਵਾ, ਉਹਦਾ 10% ਕੰਮ ਹੋਇਆ ਵਾ, 90% ਉਰਾ ਬੁਰੀ ਹਾਲਾਤ ਹੈ। ਅਸੀਂ ਗਰੰਟੀ ਗੱਲ ਕਹਿ ਰਹੇ, ਅਸੀਂ ਕੰਮ ਕਰਾਉਣਾ, ਭਾਈਚਾਰੇ ਗੱਲ ਮਿਲ ਕੇ ਕੰਮ ਕਰਾਉਂਗੇ, ਇਹ ਨਹੀਂ ਵੀ ਮੈਂ ਕੌਂਸਲਰ ਬਣ ਗਿਆ ਇਕੱਲਾ ਇਕੱਲਾ ਹੀ, ਸਾਰੇ ਭਾਈਚਾਰੇ ਨੂੰ ਗੱਲ ਲੈ ਕੇ ਚੱਲੂੰਗਾ ਔਰ ਸਾਰੇ ਗੱਲ ਮਿਲ ਬੈਠ ਕੇ ਸਲਾਹ ਕਰਕੇ ਕੰਮ ਕਰੂੰਗਾ। ਜੋ ਸੈਂਟਰ ਕੇ ਸਤਰ ਪੇ ਕਈ ਮੁੱਦੇ ਹੈ ਕਿ ਜੈਸੇ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਗੈਸ ਸਿਲੰਡਰ ਕਾ ਰੇਟ ਬਹੁਤ ਜ਼ਿਆਦਾ ਹੋ ਗਿਆ, ਸਬਜ਼ੀਆਂ ਕੇ ਦਾਮ ਬੜੇ ਬੜੇ ਹੋ ਗਏ ਹੈ, ਤੋ ਆਪ ਕਿਸ ਤਰ੍ਹਾਂ ਸੇ ਇਨ ਮੁੱਦੋਂ ਕੋ ਜੋ ਹੈ ਬੁਣਾ ਰਹੇ ਹੋ? ਮੈਂ ਲੋਕ ਖੁਦ ਬੋਲ ਰਹੇ, ਮਹਿੰਗਾਈ ਤੇ ਬਹੁਤ ਦੁਖੀ ਹੋਏ ਵੇ ਲੋਕ, ਗਰੀਬ ਆਦਮੀ ਰੋਟੀ ਖਾਣੇ ਤੇ ਮਤਾਜ ਹੋਇਆ ਵਾ, ਵੀ ਇਸ ਮਹਿੰਗਾਈ ਕਰਨੀ ਹੈ ਵੀ ਬੀਜੇਪੀ ਨੂੰ ਦੜਾਓ, ਹਰ ਕਾਂਗਰਸ ਲਿਆਓ, ਮਹਿੰਗਾਈ ਤੇ ਨਜਾਤ ਤਾਂ ਮਿਲੂ। ਕਾਂਗਰਸ ਪਾਰਟੀ ਕਹੀ ਹੈ ਜੋ ਗਰੀਬ ਆਦਮੀ ਕਾ ਸੋਚਦੀ ਹੈ, ਬੀਜੇਪੀ ਤੋਂ ਮਹਾਜਨੀ ਸਰਮਾਏਦਾਰਾਂ ਕੀ ਸਰਕਾਰ ਹੈ। ਭਾਜਪਾ ਇੱਕ ਦਾਅਵਾ ਕਰ ਰਹੀ ਹੈ, ਕੱਲ ਇੱਕ ਪੱਤਰਕਾਰ ਵਾਰਤਾ ਭਾਜਪਾ ਅਧਿਆਪਕ ਸ਼ਰਨ ਸੂਦ ਜੀ ਨੇ ਕਰੀ ਸੀ, ਉਨਮੇ ਉਹਨਾਂ ਨੇ ਦਾਅਵਾ ਕਰਾਇਆ ਕਿ ਸ਼ਹਿਰ ਕੇ ਅੰਦਰ ਬਹੁਤ ਜ਼ਬਰਦਸਤ ਉਪਲਬਧੀਆਂ, ਜੋ ਕਾਮ 15 ਸਾਲ ਤੱਕ ਕਾਂਗਰਸ ਕੇ ਮੇਅਰ ਨਹੀਂ ਕਰਾ ਪਾਏ, ਵੋ ਕਾਮ ਹਮਾਰੇ ਮੇਅਰ ਨੇ 7 ਸਾਲ ਕੇ ਅੰਦਰ ਕਰਾ ਔਰ 7 ਸਾਲ ਕੇ ਅੰਦਰ ਸ਼ਹਿਰ ਕੇ ਅੰਦਰ
ਬਹੁਤ ਸਾਰੇ ਐਸੇ ਪ੍ਰੋਜੈਕਟ ਹੈ ਜੋ ਦੀਏ ਗਏ, ਆਪਕਾ ਕਿਆ ਕਹਿਣਾ? ਇੱਕ ਸਭ ਤੋਂ ਪਹਿਲਾ ਪ੍ਰੋਜੈਕਟ ਤੋਂ ਚੰਡੀਗੜ੍ਹ ਦੂਸਰੇ ਨੰਬਰ ਤੇ 67ਵੇਂ ਨੰਬਰ ਪਰ ਪਹੁੰਚਾ ਦਿਆ ਸਫਾਈ ਕੇ ਮੈਂ। ਇੱਕ ਤੋਂ ਸਭ ਤੋਂ ਬੜਾ ਪ੍ਰੋਜੈਕਟ ਬੀਜੇਪੀ ਦਾ ਇਹ ਹੈ। ਬਾਕੀ ਹਮਾਰੇ ਗਾਉਂ ਦੇ ਵਿੱਚ ਘੁੰਮ ਕਰ ਦੇਖ ਲਓ, ਪਤਾ ਲੱਗ ਜਾਏਗਾ ਇਹਨਾਂ ਕੇ ਪ੍ਰੋਜੈਕਟਾਂ ਦਾ ਸਾਰਾ ਕੁਛ ਪਤਾ ਲੱਗ ਰਿਹਾ ਇਹਨਾਂ ਕੇ ਬਾਅਦ ਜੁਮਲੋਂ ਕੀ ਸਰਕਾਰ ਹੈ, ਜੁਮਲੇ ਹੈ ਇਹਨਾਂ ਨੇ ਹੁਣ ਫੇਰ ਕਰਨੇ, ਲੇਕਿਨ ਲੋਕ ਇਨਕੀ ਬਾਤਾਂ ਦੇ ਵਿੱਚ ਬਿਲਕੁਲ ਨਹੀਂ ਆਉਣੇ ਵਾਲੇ। ਲੋਕ ਕਾਂਗਰਸ ਪਰ ਵਿਸ਼ਵਾਸ ਰੱਖਦੇ, ਕਾਂਗਰਸ ਨੂੰ ਵੋਟ ਦੇ। ਮੌਜੂਦਾ ਜਿਹੜਾ ਪਾਰਸ਼ਦ ਰਹਿ ਚੁੱਕਿਆ ਉਸਨੇ ਕਿਆ ਕਿਆ ਕਾਰਜ ਕਰਾਏ ਇੱਥੇ? ਕੁਛ ਨਹੀਂ ਕਰਿਆ ਜੀ, ਉਹਨਾਂ ਤਾਂ ਲੋਕਾਂ ਦੇ ਫਾਰਮਾਂ ਤੱਕ ਮੋਹਰਾਂ ਨਹੀਂ ਲਾਈਆਂ, ਕਿਸੇ ਨੂੰ ਮਿਲਦਾ ਨਹੀਂ, ਬੁਲਾਏ ਤੇ ਆਉਂਦਾ ਨਹੀਂ, ਬੋਲਣੇ ਕਾ ਉਸਕਾ ਨਜ਼ਰ ਹੈ ਹਿਸਾਬ ਕਿਤਾਬ, ਉਹ ਵੀ ਗਲਤ ਹੈ, ਕੋਈ ਜਾਂਦਾ ਹੀ ਨਹੀਂ ਉਸਕੇ ਪਾਸ ਨਾ। ਉਹ ਇੱਧਰ ਦਾ ਹੀ ਸੀ ਹੱਲੂ ਮਾਜਰ, ਮੌਜੂਦਾ ਪਾਰਸ਼ਦ ਕੀ ਬਾਹਰ ਦਾ ਸੀ? ਉਹ ਰਾਮ ਦਰਬਾਰ ਕਰ ਰਿਹਾ। ਅੱਛੀ, ਤੋ ਅਬ ਜੋ ਪ੍ਰਤਿਆਸ਼ੀ ਉਹਨਾਂ ਨੇ ਭਾਜਪਾ ਨੇ ਯਹਾਂ ਸੇ ਸੀਟ ਬਦਲੀ ਆ ਜਾਂ ਕਿਸ ਤਰ੍ਹਾਂ ਸੇ? ਇਹ ਦੇਖੋ ਜੀ, ਹੁਣ ਰਾਮ ਦਰਬਾਰ ਤੇ ਪਹਿਲਾਂ ਵੀ 3 ਰਾਮ ਦਰਬਾਰ ਤੇ ਹੀ ਬਣੇ ਆ, ਹੁਣ ਚੌਥਾ ਭਾਜਪਾ ਨੇ ਫਿਰ ਰਾਮ ਦਰਬਾਰ ਨੂੰ ਟਿਕਟ ਦੇ ਦਿੱਤੀ। ਇਸ ਚੀਜ਼ ਕਰ ਲੋਕਾਂ ਨੂੰ ਬਹੁਤ ਗੁੱਸਾ ਹੈਗਾ ਬਈ ਬਾਹਰ ਕਿਹਨੂੰ ਦਈ ਆ, ਹੁਣ ਉਹ ਮੇਰੇ ਪਰ ਇਸੀ ਕਰਕੇ ਵਿਸ਼ਵਾਸ ਦਵਾ ਰਹੇ, ਮੈਂ ਲੋਕਲ ਐਮਰੇਗਾ ਜ਼ਿਮੀਦਾਰ ਬੰਦਾ ਜੀ, ਮੈਂ ਰਹਿ ਰਿਹਾ ਲੋਕਾਂ ਦੇ ਵਿੱਚ, ਰਹਿ ਰਿਹਾ ਆਮ ਭਾਈਚਾਰਾ ਸਾਡਾ ਇੱਥੇ। ਤੋ ਆਪਕੋ ਕੈਸੇ ਲੱਗਤਾ ਹੈ ਕਿ ਆਪ ਉਨਸੇ ਬੜਕ ਪੇ ਹੈ, ਕਿਸ ਕਿਸ ਚੀਜ਼ ਸੇ ਲੱਗਤਾ ਹੈ ਕਿ ਆਪ ਆਗੇ ਹੈ ਉਨਸੇ? ਸਭ ਤੋਂ ਬੜੀ ਗੱਲ ਤਾਂ ਵੀਰ ਜੀ, ਬੀਜੇਪੀ ਨੇ ਕਰਿਆ ਕੁਛ ਨਹੀਂ, ਲੋਕ ਉਹਨਾਂ ਪਰ ਵਿਸ਼ਵਾਸ ਕਰਨਾ ਹੀ ਛੱਡ ਗਏ, ਉਹਨਾਂ ਨੇ ਲਾਰੇ ਹੀ ਲਾਏ ਆ ਹੁਣ ਤੱਕ, ਹੋਰ ਕੁਛ ਨਹੀਂ ਕਰਿਆ। ਬਾਕੀ ਮੈਂ ਲੋਕਲ ਲੀਡਰ ਨੇ ਲੋਕਾਂ ਦਾ ਕੰਮ ਕਰਿਆ ਵਾ, ਲੋਕਾਂ ਨੂੰ ਮੇਰੇ ਪਰ ਵਿਸ਼ਵਾਸ ਹੈ, ਲੋਕ ਇਸ ਕਰਕੇ ਮੇਰੀ ਗੱਲ ਹੈ। ਤੋ ਸਟਾਰ ਪ੍ਰਚਾਰਕੋਂ ਕਾ ਵੀ ਆਨਾ ਜਾਣਾ ਜੋ ਹੈ ਵਿਭਿੰਨ ਵਾਰਡੋ ਮੇ ਲਗਾ ਰਹੇਗਾ, ਔਰ ਕਾਂਗਰਸ ਨੇ ਵੀ ਸਟਾਰ ਪ੍ਰਚਾਰਕ ਤੈਅ ਕਰੇ ਹੈ, ਤੋ ਆਪਣੇ ਵੀ ਆਪਣੇ ਵਾਰਡ ਕੇ ਲਈ ਕੋਈ ਐਸਾ ਸਟਾਰ ਪ੍ਰਚਾਰਕ ਬੁਲਾਨੇ ਕਾ ਕੋਈ ਕਾਰਜਕ੍ਰਮ ਬਣਾਇਆ ਹੈ ਜਾਂ ਪਾਰਟੀ ਕੀ ਤਰਫ ਸੇ ਹੀ ਤੈਅ ਹੋਗਾ? ਨਹੀਂ, ਪਾਰਟੀ ਹਾਈਕਮਾਨ ਕੀ ਤਰਫ ਸੇ ਦੋ ਤੈਅ ਹੋਗਾ, ਮੇਰੇ ਕੋ ਮਨਜ਼ੂਰ ਹੋਗਾ। ਤੋ ਯੇ ਥੇ ਵਾਰਡ ਨੰਬਰ 20 ਸੇ ਕਾਂਗਰਸ ਕੇ ਉਮੀਦਵਾਰ ਗੁਰਚਰਨਜੀਤ ਸਿੰਘ ਕਾਲਾ, ਜਿਨਕਾ ਕਹਿਣਾ ਹੈ ਕਿ ਹੱਲੋ ਮਾਜਰਾ ਵਾਲੇ ਖੇਤਰ ਮੇ ਜੋ ਹੈ ਇਸ ਵਾਰਡ ਮੇ ਕੋਈ ਵੀ ਕੰਮ ਭਾਜਪਾ ਕੇ ਪੂਰਵ ਕਾਉਂਸਲਰ ਨੇ ਨਹੀਂ ਕਰਵਾਇਆ ਹੈ, ਜਿਸਕੀ ਵਜ੍ਹਾ ਸੇ ਜੋ ਹੈ ਲੋਕੋਂ ਕੇ ਸਾਹਮਣੇ ਬਹੁਤ ਸਾਰੀ ਸਮੱਸਿਆਏ ਹੈ। ਉਨਕਾ ਕਹਿਣਾ ਹੈ ਕਿ ਬਾਹਰੀ ਪ੍ਰਤਿਆਸ਼ੀ ਕੋ ਯਹਾਂ ਪੇ ਥੋਪ ਦਿਆ ਗਿਆ, ਔਰ ਅਬ ਵੀ ਜੋ ਪ੍ਰਤਿਆਸ਼ੀ ਹੈ ਵੋ ਯਹਾਂ ਕੇ ਨਹੀਂ ਹੈ ਬਲਕਿ ਬਾਹਰੀ ਹੈ, ਤੋ ਵੋ ਲੋਕੋਂ ਕੇ ਕਾਮ ਕਿਆ ਕਰਾਏਂਗੇ? ਔਰ ਗੁਰਚਰਨ ਸਿੰਘ ਕਾਲਾ ਨੇ ਵਾਅਦਾ ਕੀਆ ਹੈ ਕਿ ਮੈਂ ਜੋ ਵੀ ਕਾਮ ਕਰੂੰਗਾ ਲੋਕਲ ਪ੍ਰਤਿਆਸ਼ੀ ਹੋਣੇ ਕੇ ਨਾਤੇ, ਲੋਕੋਂ ਕੇ ਸੁੱਖ ਦੁੱਖ ਮੇ ਹਮੇਸ਼ਾ ਖੜਾ ਰਹੂੰਗਾ। ਧੰਨਵਾਦ। ਅਰਥ ਪ੍ਰਕਾਸ਼ ਕੇ ਲੀਏ ਸਾਜਨ ਸ਼ਰਮਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲੀਏ ਸਬਸਕ੍ਰਾਈਬ ਕਰੇਂ ਅਰਥ ਪ੍ਰਕਾਸ਼ ਟੀਵੀ, ਔਰ ਬੈਲ ਆਇਕਨ ਦਬਾਨਾ ਨਾ ਭੂਲੇਂ।